ਦੇਸ਼ਧਰਿਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦਾ ਅੱਜ ਪੰਜਵਾਂ ਦਿਨ ਹੈ ਤੇ ਲਗਾਤਾਰ ਜਿਹੜੇ ਕਲਾਕਾਰ ਹੈ ਇਸ ਮੋਰਚੇ ਦੇ ਵਿੱਚ ਜੁੜਦੇ ਨਜ਼ਰ ਆ ਰਹੇ ਨੇ ਧਰਨਾ ਅੱਗੇ ਕਿਨੇ ਦਿਨ ਚੱਲਣੇ ਐ ਇਸ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਲੇਕਿਨ ਜਿਸ ਤਰੀਕੇ ਨਾਲ ਹੁਣ ਇਸ ਨੇ ਇਸ ਅੰਦੋਲਨ ਨੇ ਹਰ ਵਰਗ ਨੂੰ ਆਪਣੇ ਨਾਲ ਜੋੜਿਆ ਹੈ ਤੇ ਕਿਸਾਨਾਂ ਦੇ ਨਾਲ ਨਾਲ ਹੁਣ ਹਰ ਵਰਗ ਜਿਹੜਾ ਇਸ ਦੇ ਨਾਲ ਆਂਦਾ ਜਾ ਰਿਹਾ ਹੈ ਸਾਡੇ ਨਾਲ ਹੈਗੇ ਪੰਜਾਬੀ ਕਲਾਕਾਰ ਗੁਰਪ੍ਰੀਤ ਕੌਰ ਜੀ ਗੱਲ ਕਰਦੇ ਆ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਗੁਰਪ੍ਰੀਤ ਜੀ ਲਗਾਤਾਰ ਅਸੀਂ ਵੇਖ ਰਹੇ ਆ ਕਲਾਕਾਰਾਂ ਦਾ ਵੀ ਹੁਣ ਜੁੜਨਾ ਸ਼ੁਰੂ ਹੋ ਚੁੱਕਿਆ ਹੈ ਮੈਂ ਦੱਸਣਾ ਚਾਹੁੰਨੀ ਆ ਕਿ ਕਲਾਕਾਰ ਅੱਜ ਹੀ ਨਹੀਂ ਜੁੜ ਰਹੇ ਦੋ ਮਹੀਨੇ ਤੋਂ ਜਿਹੜੇ ਫਾਰਮਰ ਫਾਰਮਰਜ਼ ਨੇ ਉਹ ਹਰਿਆਣਾ ਦੇ ਹੋਣ ਭਾਵੇਂ ਉਹ ਪੰਜਾਬ ਦੇ ਹੋਣ ਜਾਂ ਕਿਸੇ ਹੋਰ ਸਟੇਟ ਦੇ ਲਗਾਤਾਰ ਇਹ ਦਰਨੇ ਜਾਰੀ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਕਿਉਂਕਿ ਜਦੋਂ ਤੋਂ ਇਹ ਕਾਲੇ ਕਾਨੂੰਨ ਲਾਗੂ ਕਰੇ ਨੇ ਲਾਗੂ ਪਾਸ ਹੋ ਗਏ ਕਾਲੇ ਕਾਨੂੰਨ ਤੇ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ ਕਿ ਇਹ ਕਾਨੂੰਨ ਸਾਡੇ ਹੱਕ 'ਚ ਨਹੀਂ ਪਰ ਸਰਕਾਰ ਕਹਿੰਦੀ ਹੈ ਕਿ ਇਹ ਤੁਹਾਡੇ ਫਾਇਦੇ ਲਈ ਹੈ ਪਰ ਜੇ ਕਿਸਾਨ ਕਹਿ ਰਹੇ ਆ ਕਿ ਸਾਨੂੰ ਇਹ ਫਾਇਦਾ ਸੀ ਨਹੀਂ ਲੈਣਾ ਤੇ ਸਰਕਾਰ ਫਿਰ ਜ਼ਬਰਦਸਤੀ ਉਹਨਾਂ ਨੂੰ ਮੜ ਕੇ ਹੋ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਾਰੇ ਜਿਹੜੇ ਕਿਸਾਨ ਹੈ ਕਲਾ ਕਿਸਾਨ ਤਬਕਾ ਜੀ ਇਹ ਕਾਨੂੰਨ ਹੈ ਜਿਹੜੇ ਇਕੱਲੇ ਕਿਸਾਨਾਂ ਤੇ ਲਾਗੂ ਨਹੀਂ ਹੋਣੇ ਇਹ ਜਿਹੜਾ ਵਪਾਰੀ ਵਰਗ ਹੈ ਜਾਂ ਛੋਟੇ ਮਜ਼ਦੂਰ ਹੈ ਜਾਂ ਰੇੜੀਆਂ ਵਾਲੇ ਨੇ ਉਹ ਸਭ ਸਭੇ ਦੀ ਲਪੇਟ ਵਿੱਚ ਆ ਗਏ ਕਿਉਂਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਨੇ ਕਿਸੇ ਨੂੰ ਰੇੜੀ ਨਹੀਂ ਲਾਉਣ ਦੇਣੀ ਉਹਨਾਂ ਨੇ ਕਿਸੇ ਨੂੰ ਮਜ਼ਦੂਰੀ ਨਹੀਂ ਕਰਨ ਦੇਣੀ ਉਹਨਾਂ ਨੇ ਕਿਸੇ ਹੜ ਬੋਣ ਵਾਲੇ ਨੂੰ ਖੇਤ 'ਚ ਹੜ ਨਹੀਂ ਬੋਣ ਦੇਣਾ ਕਿਉਂਕਿ ਉਹਨਾਂ ਦਾ ਗਲਬਾ ਸਾਰੇ ਮੁਲਕ ਤੇ ਹੈ ਤੇ ਉਹਨਾਂ ਨੇ ਵੱਡੇ ਵੱਡੇ ਮਾਲਾਂ ਦੇ ਵਿੱਚੋਂ ਕਹਿਣਾ ਆ ਕੇ ਸਾਡਾ ਜਿਹੜਾ ਇਹ ਸਮਾਨ ਖਰੀਦੋ ਤੇ ਇਹਦਾ ਜਿਹੜਾ ਭਾਅ ਹੈ ਉਹ ਆਪਣੀ ਮਰਜ਼ੀ ਦੇ ਨਾਲ ਲੋਕਾਂ ਨੂੰ ਦੇਣਗੇ ਇਸ ਕਰਕੇ ਇਹਦਾ ਜਿਹੜਾ ਅਸਰ ਹੈ ਉਹ ਹਰ ਵਰਗ ਤੇ ਆ ਤੇ ਸਾਡੇ ਕਲਾਕਾਰ ਵੀ ਜਦੋਂ ਤੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਉਦੋਂ ਤੋਂ ਅਸੀਂ ਵਕ ਵਕ ਥਾਣਾ ਤੇ ਟੋਲ ਪਰਾਜੰਤੇ ਜਾ ਕੇ ਜਾਂਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਹਰ ਥਾਂ ਇਹਨਾਂ ਨੂੰ ਸਮਰਥਨ ਦਿੱਤਾ ਕਿਉਂਕਿ ਜਿਹੜਾ ਕਿਸਾਨ ਹੈ ਉਹ ਸਾਰੇ ਹਿੰਦੁਸਤਾਨ ਦੀ ਭਾਰਤ ਦੀ ਰੀੜ ਦੀ ਹੱਡੀ ਹੈ ਜੇ ਅਸੀਂ ਹਿੱਡ ਦੀ ਸਾਡੀ ਹੱਡੀ ਟੁੱਟ ਗਈ ਤਾਂ ਇਨਸਾਨ ਖੜਾ ਕਿਵੇਂ ਹੋਊ ਅਸੀਂ ਅਨ ਦਾਤਾ ਨੂੰ ਆਪਣਾ ਜਿਹੜਾ ਹੈ ਆਪਣਾ ਐ ਸਮਝਦੇ ਵੀ ਉਹੀ ਸਾਡਾ ਮਾਪਿਓ ਹੈ ਇਸ ਕਰਕੇ ਅਸੀਂ ਅੱਜ ਸਮਰਥਨ ਵਿੱਚ ਆਏ ਆ ਤੇ ਅਸੀਂ ਉਦੋਂ ਤੱਕ ਸਮਰਥਨ ਦਿੰਦੇ ਰਵਾਂਗੇ ਇਹਨਾਂ ਦਾ ਜਦੋਂ ਤੱਕ ਇਹਨਾਂ ਲੋਕਾਂ ਦੇ ਜਿਹੜੇ ਕਾਲੇ ਕਾਨੂੰਨ ਹੈ ਸਰਕਾਰ ਵਾਪਸ ਨਹੀਂ ਲੈਂਦੀ ਦਿੱਲੀ ਤੱਕ ਤਾਂ ਪਹੁੰਚ ਗਿਆ ਅੰਦੋਲਨ ਨੂੰ ਤੁਹਾਨੂੰ ਲੱਗ ਰਿਹਾ ਹੈ ਕਿ ਦਿੱਲੀ ਸਰਕਾਰ ਇਸ ਨਾਲ ਜਾਗੇਗੀ ਜਿਸ ਤਿੱਕੇ ਨਾਲ ਇਹ ਭੀੜ ਆਈ ਹੈ ਸਿਰਫ ਭੀੜ ਨਹੀਂ ਹੋਣੀ ਕਿ ਜਿਹੜੀ ਅੱਗ ਦੀ ਤਰ੍ਹਾਂ ਜਿਹੜਾ ਅੱਗੇ ਬਲਵਲਾ ਆਇਆ ਹੈ ਇਹ ਭੀੜ ਨਹੀਂ ਇਹ ਸੋਚ ਸਮਝ ਕੇ ਆਏ ਹੋਏ ਲੋਕ ਨੇ ਇਹ ਕੋਈ ਤਮਾਸ਼ੀਬੀ ਨਹੀਂ ਹੈਗੇ ਨਾ ਇਹ ਕੋਈ ਹੁੱਲੜਵਾਜੀ ਕਰ ਰਹੇ ਨੇ ਇਹ ਬੜੇ ਦੇਖੋ ਤੁਸੀਂ ਸਾਰੇ ਦੇਖੋ ਬੜੇ ਅਮਨ ਅਮਾਨ ਨਾਲ ਸ਼ਾਂਤੀ ਨਾਲ ਆਪਣੇ ਜਿਹੜੇ ਹੱਕਾਂ ਦੀ ਗੱਲ ਕਰ ਰਹੇ ਨੇ ਡੈਮੋਕਰੇਸੀ ਹੈ ਲੋਕਤੰਤਰ ਹੈ ਕਿੱਥੇ ਕਿਉਂਕਿ ਜਦੋਂ ਇਹ ਕਿਸਾਨ ਆਪਣੇ ਘਰਾਂ ਚੋਂ ਚੱਲੇ ਨੇ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਾਂ ਇੱਕ ਛੋਟੀ ਬੱਚੀ ਤੋਂ ਲੈ ਕੇ ਸਾਡੀ ਕੁੱਬੀ ਹੋਈ ਮਾਂ ਤੱਕ ਦਿੱਲੀ ਤੱਕ ਪਹੁੰਚੀ ਆ ਤਾਂ ਇਸ ਮੋਦੀ ਸਰਕਾਰ ਨੇ ਥਾਂ-ਥਾਂ ਸੜਕਾਂ ਪੱਟ ਕੇ ਵੱਡੇ-ਵੱਡੇ ਟਿੱਲੇ ਲਾ ਕੇ ਕੰਡਿਆਲੀ ਤਾਰਾ ਲਾ ਕੇ ਇਹਨਾਂ ਦਾ ਰਾਹ ਰੋਕਿਆ ਜਦੋਂ ਕਿ ਸਾਡਾ ਇਹ ਹੱਕ ਹੈ ਕਿੱਥੇ ਵੀ ਲੋਕਤੰਤਰ ਭਾਰਤ ਕਿਸੇ ਦੇ ਪਿਓ ਦਾ ਨਹੀਂ ਭਾਰਤ ਸਾਡੇ ਲੋਕਾਂ ਦਾ ਹੈ ਇਹ ਲੋਕਾਂ ਦੀ ਸਰਕਾਰ ਹੁੰਦੀ ਹੈ ਜਦੋਂ ਇਹ ਸਰਕਾਰ ਲੋਕਾਂ ਦੀ ਨਹੀਂ ਰਹਿੰਦੀ ਇਹ ਕਰਾਪਟ ਸਰਕਾਰ ਹੈ ਇਹ ਭ੍ਰਿਸ਼ਟ ਸਰਕਾਰ ਹੈ ਤੇ ਮੈਨੂੰ ਕੁਝ মিডিਆ ਤੇ ਵੀ ਉਤਰਾਜ ਹੈ ਜਿਹੜਾ ਸਾਡੀ ਆਵਾਜ਼ ਹੈ ਲੋਕਾਂ ਤੱਕ ਨਹੀਂ ਪਹੁੰਚਾਉਂਦਾ ਉਹ ਕੋਈ ਵੀ ਗੋਦੀ মিডিਆ ਹੋਵੇ ਸਾਨੂੰ ਉਹਨਾਂ ਦਾ ਕੋਈ ਡਰ ਨਹੀਂ ਮਾਰਿਆ ਜਾਂਦਾ ਪਰ ਉਦੋਂ ਤੱਕ ਜਦੋਂ ਤੱਕ ਇਹ انسان ਕਿਸਾਨ ਇੱਥੇ ਬੈਠੇ ਰਹਿਣਗੇ ਅਸੀਂ ਇਹਨਾਂ ਦਾ ਸਾਥ ਦਿੰਦੇ ਹੋ ਰਹਾਂਗੇ ਸਾਡੇ ਲੋਕ ਹੈ ਜਿਹੜੇ ਆਉਂਦੇ ਜਾਂਦੇ ਰਹਿਣਗੇ ਕੱਲਾ ਪੰਜਾਬ ਹੀ ਨਹੀਂ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਇੱਥੋਂ ਤੱਕ ਕਿ ਮੈਂ ਦੇਖਿਆ ਕੱਲ੍ਹ ਦੀ ਨੇ ਕਿ ਦਿੱਲੀ ਤੱਕ ਦੇ ਲੋਕ ਲੋਕ ਵੀ ਸਾਡਾ ਸਾਥ ਦੇ ਰਹੇ ਨੇ ਕਿਉਂਕਿ ਅਸੀਂ ਧੰਨਵਾਦੀ ਹਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਹੁਣ ਇਸ ਸਰਕਾਰ ਦੀ ਨਰਜ ਪਛਾਣ ਲਈ ਜੀ ਗੁਰਪ੍ਰੀਤ ਜੀ ਮੇਰਾ ਸਵਾਲ ਵੀ ਇਹੀ ਸੀਗਾ ਅਖੀਰਲਾ ਸਵਾਲ ਹੈ ਮੇਰਾ ਅਸੀਂ ਵੇਖ ਰਿਹਾ ਕਿ ਆਸ-ਪਾਸ ਜਿਹੜੇ ਲੋਕ ਜਾ ਰਹੇ ਨੇ ਜਿਨ੍ਹਾਂ ਲਈ ਕੋਈ ਰਾਹ ਦਾ ਰਾਹ ਨਹੀਂ ਹੈ ਕੋਈ ਸਾਧਨ ਨਹੀਂ ਹੈ ਉਹਨਾਂ ਦੇ ਚਿਹਰੇ ਤੇ ਥੋੜੀ ਜਿਹੀ ਮਾਇੂਸੀ ਜ਼ਰੂਰ ਹੈ ਲੇਕਿਨ ਨਾਰਾਜ਼ਗੀ ਨਹੀਂ ਹੈ ਨਾਰਾਜ਼ਗੀ ਹੈਗੀ ਤਾਂ ਉਹ ਸਿੱਤਿਪੇ ਕੇਂਦਰ ਸਰਕਾਰ ਨੂੰ ਲੈ ਕੇ ਹੈਗੀ ਬਿਲਕੁਲ ਬਿਲਕੁਲ ਨਹੀਂ ਮੈਨੂੰ ਤਾਂ ਉਦਾਸੀ ਵੀ ਨਹੀਂ ਝਲਕਦੀ ਕਿੰਨਾ ਅੱਜ ਜਲਵਾ ਹੈ ਅੱਜ ਬਾਬੇ ਨਾਨਕ ਦਾ ਗੁਰਪੁਰਬ ਹੈ ਅਸੀਂ ਇਹ ਜਿਹੜਾ ਬਾਬਾ ਨਾਨਕ ਸੀ ਉਹ ਨਾ ਕਦੇ ਕੱਲੇ ਸਿੱਖਾਂ ਦਾ ਸੀ ਉਹ ਹਿੰਦੂਆਂ ਦਾ ਵੀ ਸੀ ਉਹ ਮੁਸਲਮਾਨਾਂ ਦਾ ਪੀਰ ਸੀ ਹਿੰਦੂਆਂ ਦਾ ਵੀ ਸੀ ਤੇ ਉਹ ਸਾਡਾ ਬਾਬਾ ਨਾਨਕ ਸੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਅੱਜ ਅਸੀਂ ਫੇਰ ਪਰਨ ਕੀਤਾ ਕਿ ਅਸੀਂ ਉਹਨਾਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਦੀ ਗੁਰੂ ਦੀ ਬਾਣੀ ਨੂੰ ਲਾਗੂ ਕਰਦੇ ਹੋਏ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਪਿਆਰ ਨਾਲ ਅਸੀਂ ਰਹੀਏ ਤੇ ਵੱਡੀ ਗੱਲ ਮੈਂ ਇੱਕ ਹੋਰ ਅੱਜ ਸਾਂਝੀ ਕਰਨ ਜਾ ਰਹੀ ਆ ਕਿ ਸਾਡਾ ਜੁੱਥ ਭਾਵੇਂ ਉਹ ਹਰਿਆਣੇ ਦਾ ਹੋਵੇ ਭਾਵੇਂ ਉਹ ਪੰਜਾਬ ਦਾ ਹੋਵੇ ਸਰਕਾਰਾਂ ਇਹ ਕਹਿੰਦੀਆਂ ਰਹੀਆਂ ਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਇਹ ਤਾਂ ਗੁੰਡਾਗਰਦੀ ਕਰਦੇ ਨੇ ਇਹ ਬਲਾਤਕਾਰੀ ਨੇ ਇਹ ਨਸ਼ਈ ਨੇ ਜਦੋਂ ਕਿ ਮੈਂ ਕਹਿੰਦੀ ਆ ਕਿ ਬਲਾਤਕਾਰੀ ਸਾਡੇ ਪੋਲੀਟਿਸ਼ੀਅਨ ਨੇ ਬਲਾਤਕਾਰ ਹੋ ਕੇ ਮੈਂ ਜਾਂਦਾ ਹੁਣ ਦੇਖੋ ਸਾਰੇ ਲੋਕ ਆਰਾਮ ਨਾਲ ਫਿਰ ਰਹੇ ਨੇ ਕਿਸੇ ਨੂੰ ਕੋਈ ਡਰ ਨਹੀਂ ਰਾਤ ਅਸੀਂ 12 ਵਜੇ ਸਿਰਫ ਦੋ ਤਿੰਨ ਕੁੜੀਆਂ ਮੇਰੇ ਨਾਲ ਐ ਅਸੀਂ ਆਈਆਂ ਇਸ ਤਾਂ ਬਹੁਤ ਨਾ ਧੜਕ ਨਾਲ ਆਏ ਆ ਸਾਡੇ ਭੈਣ ਭਰਾ ਨੇ ਹਰ ਤਰੀਕੇ ਨਾਲ ਮਦਦ ਕਰ ਰਹੇ ਨੇ ਸਾਰੇ ਲੋਕ ਖੁਸ਼ ਨੇ ਕੱਲੀ ਸਰਕਾਰ ਹੀ ਔਖੀ ਐ ਕਿਉਂਕਿ ਹੁਣ ਇਸ ਭ੍ਰਿਸ਼ਟ ਸਰਕਾਰ ਨੂੰ ਪਤਾ ਲੱਗ ਗਿਆ ਕਿ ਲੋਕ ਜਾਗ ਪਏ ਨੇ ਲੋਕਾਂ ਨੂੰ ਹੁਣ ਆਪਣੇ ਹੱਕਾਂ ਦੀ ਹੱਕਾਂ ਦਾ ਪਤਾ ਲੱਗ ਗਿਆ ਇਸ ਕਰਕੇ ਇਹ ਲੋਕ ਆ ਜਿਹੜੇ ਸਿਰਾਂ ਤੇ ਕਫਣ ਬਨ ਕੇ ਆਏ ਨੇ ਕਿਸੇ ਵੀ ਮੁਲਕ ਦਾ ਜੂਥ ਜਦੋਂ ਇਹ ਗੱਲ ਸਮਝ ਜੇ ਕਿ ਇਹ ਜਿਹੜੀ ਸਰਕਾਰ ਐ ਪਉਣ ਪ੍ਰਸ਼ਟ ਹੋ ਗਈ ਹੈ ਉਦੋਂ ਉਹਦੀਆਂ ਜੜਾਂ ਹਿਲਦੀਆਂ ਹਿਲਦੀਆਂ ਨਹੀਂ ਜਦੋਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੁਣਿਆ ਹੈ ਗੁਰਪ੍ਰੀਤ ਕੌਰ ਨੂੰ ਜਿਸ ਤਰੀਕੇ ਨਾਲ ਬੇਤੜਕੋਕੇ ਨਾਲ ਵੱਲੋਂ ਗੱਲ ਕੀਤੀ ਗਈ ਹੈ ਕਿ ਜਿਹੜੀ ਸੁੱਤੀ ਪਈ ਮੋਦੀ ਸਰਕਾਰ ਹੈ ਉਹ ਹੁਣ ਉਸ ਦੇ ਜਾਗਣ ਦਾ ਸਮਾਂ ਆ ਚੁੱਕਿਆ ਕਿਉਂਕਿ ਇਹ ਅੱਜ ਸਿਰਫ ਕਿਸਾਨਾਂ ਦੀ ਆਵਾਜ਼ ਨਹੀਂ ਬਲਕਿ ਪੂਰੇ ਜਿਹੜੇ ਦੇਸ਼ ਦੇ ਹਰ ਵਰਗ ਦੀ ਆਵਾਜ਼ ਹੈ ਤੇ ਹਰ ਵਰਗ ਦੀ ਆਵਾਜ਼ ਜਦੋਂ ਹੁਣ ਸੁੱਤੀ ਪਈ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਤੇ ਉਹ ਜ਼ਰੂਰ ਹੁਣ ਇਸ ਤੇ ਐਕਸ਼ਨ ਲਏਗੀ ਤੇ ਇਹ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਖਾਲਿਸਤਾਨੀ ਜਾਂ ਅਤਵਾਦੀ ਕਹਿ ਕੇ ਬੁਲਾਇਆ ਜਾ ਰਿਹਾ ਹੈ ਉਹ ਕਿਸੇ ਕੈਨਲ ਇੱਥੇ ਪਿਛਲੇ ਬਗ ਦੋ ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਸੀਗੇ ਧਰਨਾ ਦੇ ਰਹੇ ਸੀ ਜਦੋਂ ਉਹਨਾਂ ਦੀ ਆਵਾਜ਼ ਨਹੀਂ ਸੁਣੀ ਗਈ ਤੇ ਉਹਨਾਂ ਨੂੰ ਦਿੱਲੀ ਦਰਬਾਰ ਆਣਾ ਪਿਆ ਤੇ ਦਿੱਲੀ ਦਰਬਾਰ ਆ ਕੇ ਉਹਨਾਂ ਦੇ ਕੰਨਾਂ ਨੂੰ ਜਿਹੜਾ ਉਹਨਾਂ ਦੇ ਕੰਨਾਂ ਦੇ ਉੱਤੇ ਰੂਸ ਜਿਹੜੀ ਹੈ ਉਹ ਜੂਸ ਕਰਨ ਵਾਲੀ ਗਿੱਡੀ ਗੱਲ ਕੀਤੀ ਜਾ ਰਹੀ ਹੈ ਤੇ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਕਲਾਕਾਰ ਹੋਏ ਜਾਂ ਹੋਰ ਵਰਗ ਦੇ ਲੋਕ ਹੋਣ ਉਹ ਅੱਜ ਇਹਨਾਂ ਲੋਕਾਂ ਦੇ ਨਾਲ ਖੜੇ ਹੈ ਤੇ ਤਦ ਤੱਕ ਇਹਨਾਂ ਨਾਲ ਖੜੇ ਰਹਿਣਗੇ ਜਦ ਤੱਕ ਇਹਨਾਂ ਦੀ ਹੱਕੀ ਮੰਗਾ ਜਿਹੜੀ ਹੈ ਉਹ ਸਰਕਾਰ ਨਹੀਂ ਮੰਨ ਲੈਂਦੀ ਹੈ ਕੈਮਰਮਨ ਰੋਹਿਤ ਦੇ ਨਾਲ ਅਲੰਕੁਸ਼ ਮਹਾਜਨ ਦੈਨਿਕ ਸਵੇਰਾ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648